ਜਾਣਾ ਇਹਨਾਂ ਕੋ ਸਾਫ ਕਰ ਕਰ ਤੇ ਮੈਂ ਤਾਂ ਮੋਇਆ ਖੜੋਤਾ ਉਹ ਉਹ ਜਾੜਾ ਵੇ ਜਿਹੜਾ ਲੈ ਤੇ ਹਰ ਕੋਈ ਅੱਜ ਮੈਨੂੰ ਸਾਈਕਲ ਵਾਲੇ ਬੰਦਿਆ ਵਿਕਦੇ ਨਹੀਂ ਪਏ ਸਾਈਕਲ ਵਾਲੀ ਦੁਕਾਨ ਬਣਾ ਤੇ ਕੀਤਾ ਘੱਟ ਲੇਕਿਨ ਹੁਣ ਜਿਹੜੀ ਪੈਟਰੋਲ ਮਹਿੰਗਾ ਗਈਏ ਨਵਾਜ਼ ਸ਼ਰੀਫ ਦੀ ਹਕੂਮਤ ਜਿਹੜੀ ਆਈ ਹੈ ਨਾ ਪੈਟਰੋਲ ਮਹਿੰਗਾ ਤੀ ਨਾ ਸਾਈਕਲਾਂ ਦੀ ਇਨਸ਼ਾਅੱਲਾ ਔਕਾਤ ਵੱਧ ਗਈ ਹੈ ਅਤੇ ਹੁਣ ਇਨਸ਼ਾਅੱਲਾ ਵੇਖ ਪੈ ਸਕਦੇ ਮੇਰੇ ਸਾਰੇ ਸਾਈਕਲ ਖਰੇ ਸੱਜੇ ਤਾਂ ਇਵੇਂ ਕਰੋ ਤਾਂ ਜਿਵੇਂ ਮੇਰੇ ਪੋਤਰੋ ਮੈਂ ਪੋਤਰ ਉਹ ਚੰਗਾ ਜਿਹੜੇ ਪੈਸੇ ਕਮਾ ਤੇ ਦੇਵੇ ਤੁਹਾਡਾ ਤਾਂ ਫਾਇਦਾ ਨਾ ਘਾਟਾ ਕੋਈ ਅਸੀਂ ਯਾਰ 20 ਰੁਪਏ ਦਾ ਵੇਖਵਾ ਨਾ ਮੈਂ ਫਾਇਦਾ ਹੀ ਕਹਿ ਨਹੀਂ ਚਲੋ ਰੋਟੀ ਰੋਟ ਥੀ ਨਾ ਚਲੋ ਛੋੜੋ ਪਰਾਂ ਅਲ ਸਾਈਂ ਬੀਆ ਕਾ ਲੈ ਆ ਵਿਆ ਲਸੀਆਂ ਮੈਂ 3-4 ਨਫਲ ਪੜਾ ਪੜ ਗਿਆ ਲੱਗਦਾ ਹੈ ਅੱਜ ਨਵਾਂ ਗਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਠੀਕ ਹੈ ਸਾਈਂ ਠੀਕ ਖੈਰ ਖੈਰੀਅਤ ਹੈ ਖੈਰ ਖੈਰੀਅਤ ਜੀ ਸਾਈਂ ਹੁਕਮ ਕਰੋ ਸਾਈਕਲ ਗਿਣਾ ਜਾਂ ਮੋਟਰਸਾਈਕਲ ਗਿਣਾ ਤਾਂ ਪਤਾ ਮੈਂ ਪਤਾ ਸਾਈਕਲ ਗਿਣ ਕਿਉਂਕਿ ਪੈਟਰੋਲ ਇਸ ਤਾਂ ਮਹਿੰਗਾ ਥੀ ਚੁੱਕਿਆ ਤੁਸੀਂ ਸਾਈਕਲ ਹੀ ਗਿਣਦੇ ਅਤੇ ਤੁਸੀਂ ਲਿਆਦਾ ਸਾਈਕਲ ਕਿਹੜਾ ਪਸੰਦ ਕਰੇ ਦੋ ਇਹ ਬਹੁ ਮਤਲਬ ਕਿ ਬਹੁ ਕਮਾਲ ਦਾ ਸਾਈਕਲ ਹੈ ਇਹਦੀ ਬਹੁ ਖਾਸੀਅਤ ਹੈ ਇਹ ਪੈਨਲ ਮਾਰਨ ਤੋਂ ਬਗੈਰ ਟੁਰਦਾ ਹੈ ਉਸ ਤੋਂ ਬਾਅਦ ਇਹਦਾ ਬੜਾ ਬੜੀ ਖਾਸੀਅਤ ਹੈ ਇਹ ਹਵਾਵਾਂ ਨਾਲ ਗਾਜੀਆਂ ਕਰੇਂਦਾ ਤਾਂ ਜਹਾਜ ਲੱਗਾ ਰਹਿੰਦਾ ਉਹ ਇੱਕ ਰਾਹ ਦੇ ਦਿੰਦਾ ਅਤੇ ਇਹ ਸਾਈਕਲ ਤੁਹਾਡੀ ਕਾਰ ਤੋਂ ਬਹਿ ਰਹੇ ਤੁਸੀਂ ਫੀ ਗਾਲ ਕਰੋ ਕਿੰਨਾ ਨਾ ਗਿਣਾ ਇਤਨੀ ਖਾਸੀਅਤ ਹੈ ਤੁਸੀਂ ਦੱਸੋ ਮੈਂ ਜ਼ਿਆਦਾ ਨਹੀਂ ਮੰਗਦਾ ਕੋਈ 40-50 ਹਜ਼ਾਰ ਇਹਦਾ ਮਿਲ ਮੰਨੇ ਵਾਲਾ ਦੇ ਬੰਦਿਆਂ ਮੋਟਰਸਾਈਕਲ ਸਾਈਕਲ ਦਾ ਅਤੇ ਮੋਟਰਸਾਈਕਲ ਤਾਂ ਪਤਾ ਦੂਰ 3-3 ਲੱਖ ਦਾ ਮੋਟਰਸਾਈਕਲ ਹੈ ਬਹੁਤ ਖਾਸੀਅਤ ਹੈ ਪੈਨਲ ਮਾਰੋ ਤੋਂ ਵੱਲ ਇੱਕ ਪੈਨਲ ਮਾਰਨ ਨਾਲ ਤਾਂ ਉਸ ਜਾ ਪੁਜਾ ਰਹੇ ਜਿਹੜੀ ਜਗ੍ਹਾ ਤੋਂ ਪੁੱਜਣਾ ਨਾ ਮੈਂ ਅਸੀਂ ਬੜਾ ਤੇਜ਼ ਭੱਜਦਾ ਅਤੇ ਹੁਣ 40-50 ਹਜ਼ਾਰ ਇਹ ਤਾਂ ਦੱਸੋ ਚੱਲ ਭਾਈ ਮੈਂ ਗਾਹਕ ਲੱਗਦੇ ਪੈਣ ਯਾਰ ਮੈਂ ਆਪਦਾ ਯਾਰ ਹਿੰਤ ਚੋਰੀ ਵਾਲੇ ਆਪਾਂ ਕਿਹੜੇ ਮੁਲਕ ਨਾਨਕੀ ਡਾਡੀ ਪੀੜੀ ਤੋਂ ਆਪਾਂ ਇਹ ਪੁਣਾ ਵੇਚ ਛੁੜੇ ਨੇ ਹੁਣ ਮੈਂ ਤੁਸੀਂ 10 ਰੁਪਏ ਦਾ ਗਾਹਕ ਲਗਵਾਉਣੇ ਨਾ ਮੈਂ ਉਹ ਕੋ ਹੱਥ ਬੰਦ ਕਿੱਦਾਂ ਲੈ ਆਉਣੇ ਵਾਲੇਕੁਮ ਸਲਾਮ ਠੀਕ ਹੈ ਸਾਈਂ ਨਾ ਨਾ ਸਹੀ ਅਸਾਂ ਵੇਚਣਾ ਕਾਂ ਨਹੀਂ ਵੀ ਕਿਛਾ ਤੇ ਲਈ ਖਣਿਆ ਸ਼ੋਰੂਮ ਕਿਛਾ ਦਾ ਦਾ ਨਾ 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 ਉਹ ਕੋ ਸਾਰੇ ਕਹੇ ਇਹ ਦੇਖੇ ਰੋ ਸ਼ੋਰੂਮ ਚੋਰੀ ਦੇ ਤਾਂ ਕਾਂ ਨਹੀਂ ਨਾ ਨਾ ਮੈਂ ਅਸਾਂ ਇਹਦੇ ਐਸੇ ਕਾਗਜ਼ਾਤ ਵਾਲੇ ਤੋਂ ਕੋ ਨਾਲ ਨਾਲ ਉਹਨਾਂ ਦੇ ਕਾਗਜ਼ ਮਿਲਦੇ ਨੇ ਦੇਖਣ ਦੇ ਵੇ ਕਿਵੇਂ ਚਲਾਉਣਾ ਉਸ ਤੋਂ ਬਾਅਦ ਕਿਵੇਂ ਰੋਕਣਾ ਉਸ ਤੋਂ ਬਾਅਦ ਕਿਵੇਂ ਬ੍ਰੇਕ ਲਾਉਣੀ ਸਾਰਾ ਇਹਦੇ ਤੋਂ ਕੋ ਡੇਟਾ ਮਿਲ ਵੈ ਸੀ ਹੁਣ ਦੱਸੋ ਪੈਸੇ ਤੁਸੀਂ ਦੱਸੋ ਤੁਹਾਡੀ ਚੀਜ਼ ਦੇ ਨਾ ਮੈਨੂੰ ਕੋ ਲੱਗਦਾ ਇਹ ਵੀ ਚੋਰੀ ਦੇ ਹੁਣ ਇਤਨਾ ਆਧਨ ਕੋ ਵੇਚ ਛੁਣੇ ਨੇ ਹੁਣ ਮੈਂ 10 ਰੁਪਏ ਆਖੇ ਮੈਂ ਵੇਚ ਛੁੜੇ ਸਾਂ ਅੱਛਾ ਯਾਰ ਮੈਂ ਆਦਾ ਨਾਮ ਕੀ ਦਾ ਚੀਜ਼ ਤੋੜੇ ਨਾ ਆਪਣੇ ਕੋਈ ਮੈਂ ਕੀਤੀ ਉਹਦਾ ਚੋਰੀ ਇੱਕ ਪਤਨਾ ਲੱਗ ਮੈਨੇ ਚਾਚਾ ਕਿਹੜੀ ਸੋਚਾਂ ਚ ਪੈ ਗਿਆ ਦੇ ਪੁੱਤਰ ਸੋਚੇ ਜੇ ਪੈ ਗਿਆ ਮੇਰਾ ਯਾਰ ਸਾਈਕਲ ਹੈ ਯਾਰ ਮੇਰਾ ਦਿਲ ਨਹੀਂ ਕਰਿਆ ਯਾਰ ਤੂੰ ਪੈਸੇ ਦੇ ਸਾਰ 70 ਰੁਪਏ ਤਾਂ ਦੇਂਦੇ ਵੇ ਯਾਰ ਮੈਂ ਕੋ ਫੇਰ ਵੈਸੇ ਬਹੁ ਬਹੁ ਹੱਦ ਤੋਂ ਜ਼ਿਆਦਾ ਘਟ ਹੈ ਬਸ ਮਜਬੂਰੀ ਹੈ ਦੇਣਾ ਹੈ ਚਾਹੇ 70 ਰੁਪਏ ਪੁੱਤਰ ਇਹ ਕਾਗਜ਼ ਤੇ ਸਾਰਾ ਕੋਈ ਲਿਖੋ ਹੈ ਕਿਵੇਂ ਚਲਾਉਣਾ ਹੈ ਕਿਵੇਂ ਰੋਕਣਾ ਹੈ ਕਿਵੇਂ ਬ੍ਰੇਕ ਲਾਉਣੀ ਸਾਰਾ ਕੋਈ ਲਿਖੋ ਹੈ ਇਹ ਸੰਭਾਲ ਲਵੋ ਸੰਭਾਲ ਲੈ ਜਿਆਦਾ ਦੇ ਤਾਈ ਸਕੋ ਨਾ ਤੁਹਾਡਾ ਹੈ ਨਾ ਮੈਡਾ ਨਾ ਤੁਹਾਡਾ ਨਾ ਮੈਡਾ ਨਾ ਤੁਹਾਡਾ ਹੁਣ ਤੁਸੀਂ ਬਸ ਹੁਣ ਬਸ ਤੁਸੀਂ ਧਿਆਨ ਕਰ ਲੈ ਚਲਾਉਣਾ ਵਾਹ 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 ਕੀ ਬਾਤ ਹੈ ਇਹ ਤਾਂ ਗਾਹਕ ਲੱਗਦੇ ਰਹੇ ਨਾ ਸ਼ੋਰ ਬਿਆਨ ਚੋਰੀ ਦਾ ਬਾਤ ਪਤਾ ਕੀ ਦਾ ਸ਼ੋਰ ਹੋਵੇ ਕੀ ਦਾ ਕੋਈ ਯਾਰ ਮੈਂ ਤਾਂ ਆਦਾ ਕੋਈ ਕਮਾਲ ਦੀ ਕੰਮ ਕਰਨ ਆਇਆ ਵਾ ਤਾਂ ਹੁੰਦਾ ਸਾਈਕਲ ਹੈ ਓਏ ਮੈਂ ਵੇਚ ਛੋੜੇ ਤੇ ਹੁਣ ਆਪਦਾ ਮੋਟਰਸਾਈਕਲ ਚਿੱਕੂ ਤੇ ਵੰਨੂ 70 ਰੁਪਏ ਬੰਦੇ ਥੋੜੇ ਲੈ ਆਪਣਾ ਸਾਈਕਲ ਹੀ ਕਰੀ ਚੱਲ ਚੱਲ ਸਾਈਕਲ ਤੇ ਆਹ ਯਾ ਸੈਂਕਲ ਗਿਣ ਗਈ ਦੇ ਹਾਈ ਤੇ ਦੇ ਸਾਰੇ ਪੈਸਾ ਦਾ 70 ਰੁਪਏ ਦਾ ਮਿਲ ਗਿਆ ਆਪਾਂ ਨੂੰ ਕਿ ਮੋਟ ਤੇ ਚਾਹ ਪਾਈ ਕੋ ਬੰਬੜਾ ਆਪਾਂ ਉਹ ਭਾਇਆ ਹਰੀ ਆਈ ਨਵਾਂ ਸਾਈਕਲ ਕਿਦਾ ਹੈ ਕਹਿਣਾ ਗੱਲ ਕਿਦਾ ਹੈ ਉਹ ਉੱਥੇ ਬੰਦਾ ਇਹ ਲਈ ਖੜਾ ਹੈ ਦੇ ਸਾਰੇ ਸਾਈਕਲ ਸਾਈਕਲ ਆਸੀ ਸ਼ੋ ਹੈ ਸਾਈਕਲਾਂ ਦਾ ਤਾਂ ਮੈਂ ਗਿਆ ਪੈਸੇ ਦਾ ਗਿਣ ਵੀ ਦੇ ਮੈਂ ਆਖ ਚਲੋ ਮੋਟਰਸਾਈਕਲਾਂ ਦਾ ਪੈਟਰੋਲ ਵੱਧਾ ਖੜਾ ਹੈ ਇਮਰਾਨ ਨੂੰ ਇਹ ਜਿਹੜਾ ਉਹ ਪੈਸੇ ਸਾਈਕਲ ਦਾ ਮੈਂ ਦੇ ਮੈਂ ਤਾਂ ਉਡੂ ਕਿਦਾ ਹੈ ਮੈਂ ਦੇ
ओ भैया मैं ही देख रहा हूँ ए ए जगह पहुँचे मैं जिद्दी बता ए मैंने पोत्रू से खड़ा ही हूँ ओ भैया चल रहा मैं तो कुआं पता नहीं चल 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 बंद ला रहा हूँ ओके मरे मर गए तो मैं साइकिल चेक के माल दोबारा भी छड़े सा चले ओ ओ सैंकल मैं कोई करी जी कहीं ना।